शिमारू के नए वीडियोस के लिए सब्सक्राइब कीजिए और बेल आइकन को दबाना न भूलें। किथे मर गया रिक्शे वाला? चल बै तू, आपे सवारी देख के आ गई। ओए तेरे रिक्शे ते सवारियां बैठी हैं। रिक्शे वाला किथे गया? नहीं जी, मैं नहीं जाना, मेरा चाह का टाइम होया, टी टाइम। देख चलाने रिक्शे ते नखरे जवाइयां वाले। ओ दो बार चाह पी बैठा, होर किन्नी कु पीनी आ? ओ जनाना सवारियां बेचारियां गर्मी च खड़िया। ओ जा ले जा, जा ले जा। पटेल चौक जोड़ी नंबर 1 मैरिज ब्यूरो। मम्मी, जे मैरिज ब्यूरो जान तो पहला एक बार मेरी कुगी नाल गल हो जाए ता? ना ना ला सचम गिद्दड़ जेदा मेरे अगे। उल्लू वर्गा दा मुंह है, रिछ वर्गियां ओदियां नसां है, झोटे वर्गे ओदे दंद है, ना बंदा ना बंदे दी जात। मां जी किसे बारे एदा नहीं कहीदा हुंदा, शकलां सब रब ने बणाईयां हुंदियां। ਨਾਲੇ ਕੀ ਪਤਾ ਅਗਲਾ ਸੋਹਣਾ ਹੀ ਹੋਵੇ, ਤੁਹਾਨੂੰ ਹੀ ਕਿਤੇ ਐਨਕ ਲੱਗਣ ਵਾਲੀ ਹੋਈ ਹੋਵੇ। ਬੇਟਾ ਤੈਨੂੰ ਨਹੀਂ ਪਤਾ, ਬੜਾ ਹੱਡ ਹਰਾਮੀ ਹੈ, ਘਟੀਆ ਤੇ ਆਲਸੀ ਇਨਸਾਨ ਹੈ। ਮੇਰੀ ਬੇਟੀ ਦਾ ਰਿਸ਼ਤਾ ਮੰਗਦਾ ਸੀ, ਅਸੀਂ ਵੀ ਕਹਿਤਾ 6 ਮਹੀਨੇ ਦਾ ਟਾਈਮ ਦਿੱਤਾ, ਆਪਣੇ ਪੈਰਾਂ ਤੇ ਖਲੋ ਕੇ ਵਿਖਾ। ਪਰ ਮੰਮਾ 6 ਮਹੀਨੇ ਖਤਮ ਹੋਣ ਚੱਲੇ, ਟਾਈਮ ਪਿਆ ਹੈ ਨਾ। ਟਾਈਮ ਨੂੰ ਹੋਰ ਗੋਡੇ ਰਹਿ ਗਏ, 4 ਦਿਨਾਂ ਦੀ ਹੋਰ ਗੱਲ ਹੈ। ਟਾਈਮ ਮੁੱਕਦੇ ਆ, ਤੇਰੇ ਪਿਓ ਨੇ ਵਿਆਹੁਣ ਵਾਲੀ ਗੱਲ ਕਰਨੀ ਹੈ। ਕੋਈ ਪਤਾ ਨਹੀਂ ਗੁੱਸਾ ਚ ਆਇਆ ਕਿਸੇ ਰਿਕਸ਼ੇ ਵਾਲੇ ਨਾਲ ਹੀ ਵਿਆਹ ਦੇ। ਕਿਉਂ, ਰਿਕਸ਼ੇ ਵਾਲੇ ਬੰਦੇ ਨਹੀਂ ਹੁੰਦੇ? ਆਏ ਹਾਏ, ਮੇਰੀ ਕੁੜੀ ਇੰਨੀ ਸੋਹਣੀ ਤੇ ਪੜ੍ਹੀ ਲਿਖੀ, ਉਹਦੇ ਵਾਸਤੇ ਰਿਕਸ਼ੇ ਵਾਲਾ ਹੀ ਰਹਿ ਗਿਆ? ਮੰਮੀ, ਮੈਂ ਇੱਕ ਆਖਰੀ ਵਾਰ ਉਹਨੂੰ ਫੋਨ ਕਰਕੇ ਪੁੱਛ ਲਵਾਂ, ਫਿਰ ਮੈਂ ਆਪਣੀ ਫੋਟੋ ਮੈਰਿਜ ਬਿਊਰੋ ਦੇ ਦੇਵਾਂਗੀ। ਹੈ, ਫੋਨ ਕੱਟਤਾ? ਵੇਖਿਆ, ਖਬਰਦਾਰ ਜੀ ਉਹਨੂੰ ਫੋਨ ਕੀਤਾ। ਮੰਮਾ, ਮੈਂ ਇੱਕ ਲਾਸਟ ਵਾਰ ਘੁੱਗੀ ਨੂੰ ਫੋਨ ਕਰ ਲਾਂ, ਜੇ ਘੁੱਗੀ ਨੇ ਹੁਣ ਵੀ ਮੇਰਾ ਫੋਨ ਨਾ ਚੱਕਿਆ ਨਾ, ਤਾਂ ਅੱਜ ਤੋਂ ਬਾਅਦ ਮੈਂ ਉਹਦੇ ਲਈ ਮਰ ਗਈ ਤੇ ਉਹ ਕਮੀਨਾ ਮੇਰੇ ਲਈ ਮਰ ਗਿਆ। ਵੇ ਕੀ ਹੋਇਆ? ਕੁਛ ਨੀ ਜੀ, ਬਸ ਉਹ ਰਿਕਸ਼ੇ ਦੀ ਚੈਨ ਉਤਰ ਗਈ। ਹੈਲੋ, ਕੀ ਗੱਲ? ਪਹਿਲਾਂ ਮੇਰਾ ਫੋਨ ਕੱਟਤਾ ਸੀ? ਨਹੀਂ ਨਹੀਂ, ਉਹ ਮੈਂ ਜ਼ਰਾ ਡਰਾਈਵਿੰਗ ਕਰ ਰਿਹਾ ਸੀ। ਡਰਾਈਵਿੰਗ ਤਾਂ ਤੱਦਾ ਚੜਿਆ ਜਿੱਦਾਂ ਰਿਕਸ਼ਾ ਚਲਾ ਰਿਹਾ ਹੋਵੇ। ਜੇ ਤੂੰ ਰਿਕਸ਼ੇ ਤੇ ਬੈਠੀ ਹੈ ਤਾਂ ਮੈਂ ਸਾਰੇ ਰਿਕਸ਼ੇ ਵਾਲੇ ਹੀ ਹੋ ਗਏ। ਤੈਨੂੰ ਕਿੱਦਾਂ ਪਤਾ ਮੈਂ ਰਿਕਸ਼ੇ ਤੇ ਬੈਠੀ ਹਾਂ? ਤੁੱਕਾ 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 ਲਾਇਆ ਸੀ, ਤੀਰ ਬਣ ਕੇ ਵੱਜ ਗਿਆ। ਕਈ ਵਾਰ ਤੀਰ ਤੁੱਕਾ ਹੋ ਜਾਂਦਾ, ਤੁੱਕਾ ਤੀਰ ਹੋ ਜਾਂਦਾ। ਵੈਸੇ ਵੀ ਜਨਾਬ, ਤੁਹਾਨੂੰ ਇਸ਼ਕ ਕਰਦੇ ਹਾਂ, ਤੁਹਾਡੀ ਸਾਰੀ ਖਬਰ ਸਾਰ ਰੱਖੀ ਦੀ ਆਪਾਂ। ਕਹਿੰਦੇ ਨਾ, ਤੂੰ ਜਹਾਂ ਜਹਾਂ ਚਲੇਗਾ ਮੇਰਾ ਰਿਕਸ਼ਾ, ਮੇਰਾ ਸਾਇਆ ਸਾਥ ਹੋਗਾ। ਤੈਨੂੰ ਪਤਾ ਹੈ, ਆ ਰਿਕਸ਼ੇ ਵਾਲੇ ਵੀਰ ਜੀ ਵੀ ਤੇਰੀ ਬੜੀ ਫੇਵਰ ਕਰ ਰਹੇ ਸੀ। ਬਕਵਾਸ ਨਾ ਕਰ, ਇਹ ਦੱਸਦਾ ਕਿਸੇ ਨੂੰ ਇੱਕਦਮ ਵੀਰ ਜੀ ਨੇ ਕਹਿ ਦਿੱਤਾ ਹੁੰਦਾ? ਜੇ ਭਰਾਵਾ ਚੜੀ ਨਹੀਂ ਚੈਨ ਅਜੇ। ਚੜ ਗਈ, ਚੜ ਗਈ, ਚੜ ਗਈ, ਚੜ ਗਈ। ਕੀ ਚੜ ਗਈ? ਨਹੀਂ ਨਹੀਂ, ਉਹ ਤਾਂ ਅਸਲ ਮੱਝ ਟੈਂਪੂ ਤੇ ਚੜਾ ਰਹੇ ਆ, ਚੜ ਨਹੀਂ ਰਹੀ। ਮੈਨੂੰ ਇੱਕ ਹੁਣ ਹੈਲਪ ਕਰ ਲੈਂਦੇ ਯਾਰ, ਮੈਂ ਤੇਰੇ ਨਾਲ ਬਾਅਦ ਚ ਗੱਲ ਕਰਦਾ। ਓਕੇ, ਬਾਏ। ਹੈਲੋ, 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 ਹੈਲੋ। ਕੀ ਕਹਿੰਦਾ ਸੀ? ਕੁਛ ਨਹੀਂ ਮੰਮਾ, ਉਹ ਕਹਿੰਦੇ ਸੀ ਮੈਂ ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ। ਮੱਝ ਟੈਂਪੂ 'ਚ ਚੜਾ ਕੇ ਫੋਨ ਕਰਦਾ? ਕੀ ਪਤਾ ਮੰਮਾ ਉਹਨਾਂ ਨੇ ਮੱਝਾਂ ਦਾ ਵਪਾਰ ਕਰ ਲਿਆ ਹੋਵੇ ਜਾਂ ਫਿਰ ਡੇਰੀ ਖੋਲ ਲਈ ਹੋਵੇ। ਵੈਰੀ ਗੁੱਡ। ਉਹ ਦੁੱਧ ਚੋਇਆ ਕਰੇਗਾ ਤੇ ਤੂੰ ਗੋਇਆ ਪੱਥਿਆ ਕਰੀ ਤੇ ਸਾਨੂੰ ਪਾਠੀਆਂ ਮੁਫਤ 'ਚ ਭੇਜਿਆ ਕਰੀ। ਮੰਮਾ, ਜੋ ਸਾਡੀ ਮੱਝ ਸੋਏਗੀ ਨਾ, ਮੈਂ ਤੁਹਾਨੂੰ ਇੱਕ ਕਿਊਟ ਜਿਹੀ ਕੱਟੀ ਗਿਫਟ ਕਰਾਂਗੀ, ਤੁਸੀਂ ਉਹਨੂੰ ਨਾ ਡਰਾਇੰਗ ਰੂਮ 'ਚ ਬੰਨ ਕੇ ਰੱਖਿਆ ਕਰਿਓ। ਵਾਹ ਜੀ ਵਾਹ, ਘਰ 'ਚ ਕੈਸੀ ਰੌਣਕ ਹੋ ਜਾਏਗੀ, ਲੱਗਦੇ ਆ ਵਰਦੀਆਂ ਕੱਟੀ ਕਰਿਆ ਕਰੇਗੀ। ਆਓ ਜੀ, ਆਓ ਜੀ, ਆਓ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸਭ ਠੀਕ ਹੈ ਜੀ? ਪੈਸਾ ਆਪਣੇ ਬਿਊਟੀਸ਼ੀਅਨ ਨੂੰ ਬੁਲਾਓ ਜਰਾ। ਬਿਊਟੀਸ਼ੀਅਨ? ਬਿਊਟੀਸ਼ੀਅਨ, ਬਿਊਟੀਸ਼ੀਅਨ ਸਾਡੀ ਹੈਗੀ ਹੈ ਜੀ, ਪਰ ਉਹ ਕਿਸੇ ਦੂਸਰੇ ਪਾਰਲਰ ਗਈ ਹੈ ਤਿਆਰ ਹੋਣ ਵਾਸਤੇ।
ਦੂਜੇ ਪਾਰਲਰ ਤੇ ਤਿਆਰ ਹੋਣ ਗਈ ਹੈ ਜੀ। ਅਸੀਂ ਆਪਣੇ ਪਾਰਲਰ ਹੈਗਾ ਜੀ, ਸਾਡੇ ਦਰਅਸਲ ਕਈ ਪਾਰਲਰ ਹੈਗੇ ਨੇ, ਇੱਕ ਥੋੜਾ ਜਿਹਾ ਚੇਂਜ ਚੱਲਦੀ ਹੈ ਪੂਰੀ ਪਾਰਲਰਾਂ ਦੀ। ਤੁਸੀਂ ਤਿੰਨਾਂ ਨੇ ਤਿਆਰ ਹੋਣਾ ਜੀ? ਨਹੀਂ ਜੀ, ਬਸ ਇਹਨੂੰ ਹੀ ਤਿਆਰ ਕਰਨਾ, ਇਹਦਾ ਹੀ ਵਿਆਹ ਹੈ। ਵੈਸੇ ਜੇ ਤੁਸੀਂ ਤਿੰਨੇ ਤਿਆਰ ਹੋ ਜਾਂਦੀ ਹੈ ਨਾ, ਤੁਹਾਨੂੰ ਸਸਤਾ ਬਹੁਤ ਪੈਣਾ ਸੀ ਇਹ ਪੈਕੇਜ, ਤਿੰਨਾਂ ਨੂੰ ਬਹੁਤ ਸਸਤਾ ਪੈਣਾ ਸੀ। ਨਹੀਂ ਜੀ, ਸਾਡਾ ਹਜੇ ਵਿਆਹ ਨਹੀਂ ਰੱਖਿਆ। ਲੈ ਵਿਆਹ ਦਾ ਕੀ ਹੈ, ਇਹਦੀ ਬਰਾਤ ਆਉਣੀ ਹੈ, ਇਹਦੀ ਬਰਾਤ ਵਿੱਚ ਹੀ ਅੱਛੇ ਜਿਹੇ ਮੁੰਡੇ ਤੁਸੀਂ ਵੀ ਛਾਂਟ ਲਏ ਹੋ, ਉਹਨਾਂ ਦੇ ਵਿੱਚ ਹੀ ਤੁਹਾਡਾ ਵਿਆਹ ਹੋ ਜਾਣਾ, ਇੱਕੋ ਖਰਚੇ 'ਚ ਤਿੰਨ ਦਿਨ ਵਿਆਹ। ਭਾਜੀ ਆਪਣੀ ਬਿਊਟੀਸ਼ੀਅਨ ਨੂੰ ਬੁਲਾਓ, ਆ ਕੇ ਕੁੜੀ ਨੂੰ ਤਿਆਰ ਕਰੇ, ਅਸੀਂ ਅੱਗੇ ਬੜੇ ਲੇਟ ਆ। ਦੁਲਹਨ ਤੇ ਅਸੀਂ ਆਪ ਤਿਆਰ ਕਰਦੇ ਹਾਂ ਜੀ। ਨਿਕ ਤੁਸੀਂ ਤੁਸੀਂ ਘਬਰਾਉਣਾ ਜੀ, ਅਸੀਂ ਚੀਨ ਦੇ ਪਾਈ ਫੂ ਸ਼ੀ ਤੇ ਜਾਪਾਨ ਦੇ ਪਾਈ ਫੂ ਪੀ ਬਿਊਟੀ ਇੰਸਟੀਚਿਊਟ ਤੋਂ ਟ੍ਰੇਨਿੰਗ ਲਈ ਹੋਈ ਹੈ। ਅਸੀਂ ਤੇ ਵੱਡੀਆਂ ਵੱਡੀਆਂ ਹੀ ਉਹਨਾਂ ਨੂੰ ਤਿਆਰ ਕੀਤਾ ਜੀ। ਇਹ ਰਾਖੀ ਸਾਵੰਤ ਕਈ ਵਾਰੀ ਸਵੇਰੇ 7 ਵਜੇ ਆ ਕੇ ਗੇਟ ਤੇ ਬਹਿ ਜਾਂਦੀ ਹੈ। ਤੇ ਹੋਰ ਹਾਂ ਸ਼੍ਰੀਦਾ ਜੀ, ਕਈ ਵਾਰੀ ਅਨਿਲ ਕਪੂਰ ਕੋਲੋਂ ਫੋਨ ਕਰਾ ਦਿੰਦੀ ਹੈ, ਆਈ ਯਾਰ ਭਾਬੀ ਜੀ ਦਾ ਮੇਕਅਪ ਕਰਨਾ, ਬੰਬੇ ਪਹੁੰਚੋ ਟਾਈਮ ਸਿਰ। ਭਾਜੀ ਜੇ ਕੋਈ ਲੜਕੀ ਮੇਕਅਪ ਕਰ ਸਕਦੀ ਹੈ ਦੱਸੋ, ਨਹੀਂ ਤਾਂ ਆਪਾਂ ਕਿਤੇ ਹੋਰ ਚਲ ਜਾਂਦੇ ਆ। ਮੈਂ ਬਿਊਟੀਸ਼ੀਅਨ ਹੁਣੇ ਆ ਜਾਂਦੇ ਜੀ, ਹੈ ਕਿਉਂ ਨੀ ਬਿਊਟੀਸ਼ੀਅਨ, ਏਦਾਂ ਕਰ ਬਿੱਲੂ ਤੂੰ ਆਪ ਉੱਧਰ ਚਲਾ ਜਾ ਤੇ ਬਿਊਟੀਸ਼ੀਅਨ ਨੂੰ ਇੱਧਰ ਭੇਜ ਦੇ। ਹਾਂਜੀ ਠੀਕ ਆ ਬਾਈ, ਮੈਂ ਹੁਣੇ ਭੇਜਣਾ, ਇੱਕ ਮਿੰਟ ਪਿੱਛੇ ਹੋ ਜਰਾ ਆ ਜਾ। ਆ ਗਈ ਜੀ ਬਿਊਟੀਸ਼ੀਅਨ ਹੁਣੇ ਆ ਜਾਣੀ, ਤੁਸੀਂ ਮੈਟੋ ਨਹੀਂ ਫਿਰ ਆਰਾਮ ਕਰ ਲਓ, ਬਸ ਆਮ ਤੂੰ ਵੇਟ ਕਰ। Makes me feel so good. ਲਓ ਜੀ ਆ ਬਿਊਟੀਸ਼ੀਅਨ ਆ ਗਈ ਸਾਡੀ, ਆ ਜਾਓ ਆ ਜਾਓ ਮੈਡਮ, ਆ ਜਾਓ ਆ ਜਾਓ, ਤੁਹਾਡੀ ਵੇਟ ਹੋ ਰਹੀ ਸੀ। ਇਹ ਤਾਂ ਉਹਦੀ ਵਰਗੀ ਲੱਗਦੀ ਹੈ ਜਿੱਦਾਂ ਦਾ ਕਾਂ ਜਿਹਾ ਪਹਿਲਾਂ ਖਲੋਤਾ ਸੀ ਇੱਥੇ। ਇਹ ਦਰਅਸਲ ਉਹਦੀ ਭੈਣ ਹੈ ਜੀ, ਜੁੜਵੀਂ ਸਿਸਟਰ, ਬਹੁਤ ਅੱਛੀ ਬਿਊਟੀਸ਼ੀਅਨ ਹੈਗੀ ਹੈ। ਚਲੋ ਮੈਂ ਗੱਡੀ ਭੇਜ ਦਾਂਗੇ ਲੈਣ ਵਾਸਤੇ। ਤੁਸੀਂ ਫਿਕਰ ਨਾ ਕਰੋ ਜੀ, ਕੁੜੀ ਤਾਂ ਤੁਹਾਡੀ ਬਣਾ ਦਿਆਂਗੇ, ਮਾਧੁਰੀ ਦੀਕਸ਼ਿਤ, ਜਦ ਤੱਕ ਆਪ ਨਹੀਂ ਨਾ ਬੋਲੇਗੀ ਤੁਹਾਡੇ ਕੋਲ ਪਛਾਣੀ ਨਹੀਂ ਜਾਣੀ ਵੀ ਤੁਹਾਡੀ ਇਹ ਕੁੜੀ ਹੈ। ਚਲੋ ਫਿਰ ਆਪਾਂ ਜਿਹੜਾ ਬਾਜ਼ਾਰ ਵਾਲਾ ਕੰਮ ਨਿਬੇੜ ਲਈਏ, ਥੋੜਾ ਜਲਦੀ ਕਰ ਦਿਓ। ਹਾਂਜੀ 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 ਠੀਕ ਹੈ ਜੀ, ਆ ਜਾਓ ਮੈਡਮ ਪਲੀਜ਼। ਦੀਦੀ ਥੋੜਾ ਜਿਹਾ ਵਧੀਆ ਮੇਕਅਪ ਕਰਨਾ, ਰਾਣੀ ਮੁਖਰਜੀ ਲੱਗੀ। ਦੇਖੋ ਜੀ ਵਾਅਦਾ ਤਾਂ ਮਾਧੁਰੀ ਦੀਕਸ਼ਿਤ ਬਣਾਉਣ ਦਾ ਕੀਤਾ ਸੀ ਨਾ। ਮਸਾਲੇ ਪੈਣਗੇ ਤੇ ਸਬਜ਼ੀ ਸਵਾਦ ਬਣੇਗੀ ਨਾ, MDH MDH। ਐ ਤੇ ਹੋਰ ਹੀ ਕੁਛ ਬਣ ਗਿਆ, ਆਪਣੀ ਨਜ਼ਰ ਲੱਗ ਜਾਂਦੀ ਹੁੰਦੀ ਹੈ। ਠੀਕ ਹੈ, ਸ਼ੀਸ਼ਾ ਬਿਲਕੁਲ ਨੀ ਵੇਖਣਾ, ਇੱਥੇ ਤੇ ਬਿਲਕੁਲ ਮਨਾ ਹੈ ਨਾ ਸ਼ੀਸ਼ਾ ਦੇਖਣਾ, ਬਿਲਕੁਲ ਠੀਕ। ਇੱਥੇ ਫੋਟੋ ਖਿਚਾਓ, ਇੱਥੇ ਸਰ ਨੂੰ ਮਿਲੋ, ਇੱਥੇ ਸ਼ਗਨ ਫੜੋ। ਭਾਜੀ ਪਲੀਜ਼ ਥੋੜਾ ਜਲਦੀ ਤਿਆਰ ਕਰ ਦੋ, ਅਸੀਂ ਤਾਂ ਫੇਰੇ ਤੇ ਲੇਟ ਹੋ ਗਏ। ਦੁਲਹਨ ਤੇ ਬਿਲਕੁਲ ਰੈਡੀ ਹੈ ਜੀ, ਸਾਡੇ ਨੂੰ ਤਾਂ ਇੰਸਟੈਂਟ ਫੇਰੇ ਕਰਾ ਦੋ ਹੁਣੇ ਭਾਵੇਂ। ਇੱਕ ਮਿੰਟ ਦੁਲਹਨ ਦਾ ਮੂੰਹ ਤਾਂ ਦਿਖਾ ਦਿਓ। ਲਓ ਦੇਖੋ ਜੀ, ਆਪਣਿਆਂ ਦੀ ਨਜ਼ਰ ਸਭ ਤੋਂ ਪਹਿਲਾਂ ਲੱਗਦੀ ਹੁੰਦੀ ਹੈ, ਵੋਟੀ ਨੀ ਆਪਾਂ ਦੇਖ ਲੈਣੀ ਤੁਹਾਨੂੰ। ਨੀ ਮੈਂ ਸੱਦ ਕੇ ਜਾਵਾਂ, ਇੱਕ ਵਾਰ ਘੁੰਡ ਤਾਂ ਚੱਕ ਦੇ ਬੰਨੋ ਰਾਣੀ। ਨਾ ਜੀ ਨਾ, ਘੁੰਡ ਤੇ ਦੁੱਲਾ ਹੀ ਚੁੱਕੇਗਾ ਹੁਣ, ਬਸ ਤੁਸੀਂ ਨਹੀਂ। ਪੈਸਾ ਤੁਸੀਂ ਆਪਣੇ ਪੈਸੇ ਦੱਸੋ ਤੇ ਅਸੀਂ ਹੁਣ ਜਾਈਏ। ਕੋਈ ਨੀ ਜੀ, ਤੁਸੀਂ ਵਿਆਹ ਤੋਂ ਫ੍ਰੀ ਹੋ ਜਾਓ, ਪੈਸੇ ਫੇਰ ਕਰ ਲਾਂਗੇ।
ਨਾ ਦੇਖਣਾ ਨਹੀਂ ਬਸ ਲੈ ਜੋ ਲੈ ਜੀ ਕੋਈ ਨਹੀਂ ਕਰੋ ਫਿਰ ਜਾ ਕੇ ਆਲ ਦਾ ਬੈਸਟ